ਕੁਝ ਕੁ ਗੱਲਾਂ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਇੱਕ ਅੱਜ ਬਹੁਤ ਹੀ ਦੁਖਦਾਈ ਖਬਰ ਹੈ ਕਿ ਜਿਹੜਾ ਮੇਰਾ ਵੀਰ ਟਰੈਕਟਰ ਦੀ ਫ੍ਰੀ ਸੇਵਾ ਲਈ ਕਾਫਲੇ ਦੇ ਵਿੱਚ ਜੁੜਿਆ ਸੀ ਧਨੌਲੇ ਤੋਂ, ਜਿਹਦਾ ਤੁਸੀਂ ਨੰਬਰ ਵੀ ਸੋਸ਼ਲ ਮੀਡੀਆ 'ਤੇ ਦੇਖ ਰਹੇ ਸੀ, ਸੁੱਤਾ ਪਿਆ ਸੀ ਅਤੇ ਦੇਰ ਰਾਤ ਅਚਾਨਕ ਗੱਡੀ ਨੂੰ ਅੱਗ ਲੱਗਣ ਕਾਰਨ ਉਸ ਵੀਰ ਦੀ ਮੌਤ ਹੋ ਗਈ। ਕਿਸਾਨੀ ਸੰਘਰਸ਼ ਦੇ ਵਿੱਚ ਵੀਰ ਸ਼ਹੀਦ ਹੋ ਗਿਆ। ਸੋ ਵੀਰੋ, ਤੁਸੀਂ ਬਹੁਤ ਹੀ ਅੱਜ ਜਥੇਬੰਦੀ ਲਈ ਅੱਜ ਦਾ ਦਿਨ ਹੈ ਜਿਹੜਾ ਸਵੇਰੇ ਸਵੇਰੇ ਦੁਖਦਾਈ ਖਬਰ ਹੈ ਕਿ ਦੇਰ ਰਾਤ ਜਨਕ ਰਾਮ ਸਿੰਘ ਬਾਈ ਦਾ ਨਾਮ ਸ਼ਾਇਦ ਅਤੇ ਰਾਤ ਉਹਦੀ ਗੱਡੀ ਦੇ ਵਿੱਚ ਸੜਨ ਕਾਰਨ ਜਿਹੜੀ ਮੌਤ ਹੋ ਗਈ ਹੈ। ਜਗਿੰਦਰ ਸਿੰਘ ਗਰਾਹਾਂ ਪ੍ਰਧਾਨ ਜੀ ਸੂਬਾ ਕਮੇਟੀ, ਉਹਨਾਂ ਨੇ ਬਹੁਤ ਹੀ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੋ ਵੀਰੋ, ਅਰਦਾਸ ਕਰਦੇ ਹਾਂ ਉਸ ਵੀਰ ਲਈ ਇਸ ਸੰਘਰਸ਼ ਦੇ ਵਿੱਚ ਉਹਦੀ ਸ਼ਹੀਦੀ ਜਾਇਜ਼ ਨਾ ਜਾਵੇ, ਇਸ ਸੰਘਰਸ਼ ਨੂੰ ਦਿੱਲੀ ਦੇ ਉੱਤੋਂ ਜਿੱਤ ਕੇ ਮੁੜੀਏ। ਹੌਸਲਾ ਜਿਹੜਾ ਉਹ ਦੁੱਗਣਾ ਤਿੱਗਣਾ ਹੁੰਦਾ ਜਾ ਰਿਹਾ। ਬਸ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਇਹੋ ਜਿਹੀਆਂ ਦੁਰਘਟਨਾਵਾਂ ਅੱਗੇ ਆਪਾਂ ਨੂੰ ਹੋਰ ਨਾ ਦੇਖਣ ਨੂੰ ਮਿਲਣਾ।